ਸ਼ੁਕਰ ਅਲਹਮਦੁਲਿਲਾ ਮੈਂ ਠੀਕ ਤਾਂ ਆਪਣੇ ਬਿਜ਼ਨਸ ਬਾਰੇ ਦੱਸਣਾ ਨਜ਼ਰ ਮੈਨੂੰ ਲੱਗ ਗਿਆ ਪਤਾ ਨਜ਼ਰ ਵੀ ਲੱਗ ਜਾਂਦੀ ਆ ਤੇ ਨਹੀਂ ਨਜ਼ਰ ਨਹੀਂ ਲੱਗਦੀ ਇਹੋ ਜਿਹੇ ਬਿਜ਼ਨਸ ਤੇ ਥੋੜ੍ਹੇ ਜਿਹੇ ਪੈਸੇ ਲੱਗਦੇ ਨਜ਼ਰ ਨਹੀਂ ਲੱਗਦੀ ਅਤੇ ਅਸੀਂ ਸਾਰਾ ਕੁਛ ਬਣਾ ਕੇ ਚਾਬੀ ਤੁਹਾਡੇ ਹੱਥ 'ਚ ਫੜਾ ਦੇਣੀ ਅਤੇ ਲਿਆਓ ਚਾਬੀ ਦਵੋ ਮੈਂ ਆਪਣੇ ਬੱਚੇ ਉੱਥੇ ਸੈੱਟ ਕਰਾਂ ਚਾਬੀ ਦਿਓਗੀ ਗੱਲ ਸੈੱਲ ਮੁੱਕੇ ਤੇਰੇ ਅਜੇ ਤਾਂ ਬਣਨਾ ਹਿੱਲਿਆ 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 ਹੀ ਆ ਜਦੋਂ ਪਰਸੋਂ ਸਾਡੇ ਮਹਿਮਾਨ ਆਏ ਨੇ ਉਹਨਾਂ ਦੇ ਉੱਤੇ ਚਾਹ ਡੋਲਤੀ ਬਾਲਚਾਰ ਜਾਤਾ ਮਾਇਨਸੀ ਆਇਲ ਬਾਲਚਾਰ ਇਹ ਗੋਗੇ ਨੂੰ ਲੈ ਕੇ ਦਿੱਤਾ ਮੈਂ ਕਿਹਾ ਇੱਥੇ ਲਾਇਆ ਕਰੋ ਤੇ ਇਨਸ਼ਾਅੱਲਾ ਜਿਹੜੇ ਤੇਰੇ ਵਾਲ ਤੇਰੇ ਤੇ ਜ਼ਿਆਦਾ ਝੜ ਗਏ ਨੇ ਯਾਰ ਇਹ ਝੜਨ ਹੋਰ ਹੁੰਦਾ ਵਾ ਬਾਲਚਾਰ ਹੁੰਦਾ ਜਿਹੜੇ ਗਨੇ ਵਾਲਾਂ ਦੇ ਵਿੱਚ ਬਾਲਚਾਰ ਹੋ ਜਾਂਦਾ ਅੱਜ ਦਾ ਅਚਾਨਕ ਮੂੰਹ ਤੇ ਵੀ ਹੋ ਜਾਂਦਾ ਮੂੰਹ ਤੇ ਵੀ ਹੋ ਜਾਂਦਾ ਖੋਦਾ ਜਿਹਾ ਬੰਦਾ ਲੱਗਦਾ ਵਾ ਜਿੱਥੇ ਇੱਥੇ ਹੋ ਜਾਂਦਾ ਤੇ ਇਹਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਜੀ ਇਹਦਾ ਇਸਤੇਮਾਲ ਇਹ ਆ ਵੀ ਜਿਹੜੀ ਜਗ੍ਹਾ ਤੇ ਤੁਹਾਡਾ ਬਾਲਚਾਰ ਆ ਨਾ ਉਹਨੂੰ ਰਾਤ ਨੂੰ ਸੌਣ ਲੱਗਿਆ ਤੁਸੀਂ ਨਾ ਉਹਦੀ ਮਾਲਿਸ਼ ਕਰਕੇ ਤੇ ਸੌਂ ਜਾਓ ਸੌਂ ਜਾਓ ਤੇ ਹੌਲੀ ਹੌਲੀ ਵਧਣੇ ਸ਼ੁਰੂ ਹੋ ਜਾਣਗੇ ਤੇ ਇਹ ਇੰਪਰੂਵ ਹੋਣੇ ਸ਼ੁਰੂ ਹੋ ਜਾਣਗੇ ਜਿਹੜੇ ਬਿਲਕੁਲ ਜੀ ਚਿਲਤਨ ਪਿਓਰ ਵਾਲਿਆਂ ਦੀ ਇਹ ਪ੍ਰੋਡਕਟ ਆ ਤੇ ਇਹਨਾਂ ਦੀਆਂ ਬਾਲਚਾਰ ਜਾਤਾ ਮਾਇਨਸੀ ਆਇਲ ਇਹ ਤੁਸੀਂ ਬਾਲਚਾਰ ਵਾਸਤੇ ਆਨਲਾਈਨ ਵੀ ਲੈ ਸਕਦੇ ਹੋ ਜਾਂ ਚਿਲਤਨ ਪਿਓਰ ਦੀ ਕਿਸੇ ਵੀ ਸ਼ੋਪ ਤੋਂ ਜਾ ਕੇ ਵੀ ਤੁਸੀਂ ਲੈ ਸਕਦੇ ਹੋ ਅੱਜ ਕੱਲ੍ਹ ਸ਼ੋਪਾਂ 'ਤੇ ਵੀ ਉਹਨਾਂ ਨੇ ਰੱਖਿਆ ਸ਼ੋਪਾਂ ਨਹੀਂ ਹੁੰਦੀਆਂ ਸ਼ੋਪਸ ਕਹਿ ਯਾਦ ਇਹ ਕਹਿਣਾ ਸ਼ੋਪਸ ਸ਼ੋਪਸ ਤੇਰੇ ਸ਼ੋਪਸ ਦਾ ਨਹੀਂ ਇੰਤਬਾਰ ਮੈਨੂੰ ਹਨਾ ਇੰਤਬਾਰ ਅੱਖ ਨਾ ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ ਸਾਰੀ ਦੁਨੀਆ ਗਈ ਇਹਨੂੰ ਮਾਨੇ ਇਹ ਚੈਨਲ ਨੰਬਰ 1 ਏ ਲਬੇਲਾ ਟੀਵੀ ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਉਹ ਲਬੇਲਾ ਏ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਉਹ ਅਲਬੇ ਲਾਏ ਹੋਏ ਤੇ ਜੁਗਤਾਂ ਦੀ ਬਣ ਦਿੱਕਤਾਂ ਹੋਏ ਤੇ ਵਿਕਿਆਂ ਦਾ ਨਹੀਂ ਕਾਰੋਬਾਰ ਹੋਏ ਨੂੰ ਵੇਖਦੇ ਸਮੁੰਦਰੋਂ ਪਾਰ ਅਲਬੇ ਲਾ ਟੀਵੀ ਵੇਖੋ ਜੀ ਵੇਖੋ ਜੀ ਵੇਖੋ ਜੀ ਅਸਲਾਮ ਵਾਲੇਕੁਮ ਮੈਡਮ ਵਾਲੇਕੁਮ ਅਸਲਾਮ ਵੈਲਕਮ ਟੂ ਸੀ ਕੰਸਲਟੈਂਟ ਐਂਡ ਆਰਕੀਟੈਕਟ ਸਰ ਹਾਓ ਵੀ ਕੈਨ ਹੈਲਪ ਯੂ ਮੈਨੂੰ ਐਕਚੁਲੀ ਮੈਡਮ ਅਲ ਹਾਦੀ ਡਿਵੈਲਪਰਸ ਨੇ ਰਾਣਾ ਸੁਖੀਰ ਸਾਹਿਬ ਬਰਕੀ ਰੋਡ ਵਾਲੇ ਉਹਨਾਂ ਨੇ ਭੇਜਿਆ ਸੀ ਮੈਪ ਦੇ ਸਿਲਸਿਲੇ 'ਚ ਨਾ ਆਪਕੋ ਸਰ ਆਰਕੀਟੈਕਚਰ ਕੇ ਸਰਵਿਸਿਜ਼ ਚਾਹੀਏ ਜੀ ਜੀ ਸਰ ਆਪਕਾ ਹਾਊਸ ਹੈ ਕਿਆ ਹੈ ਆਪਕਾ ਰੈਜ਼ੀਡੈਂਸ਼ਨਲ ਹੈ ਕਮਰਸ਼ੀਅਲ ਪ੍ਰੋਜੈਕਟ ਚਲੋ ਉਹ ਤੇ ਜਿਹੜੇ ਆਨਰ ਹੈਗੇ ਉਹਨਾਂ ਨਾਲ ਡਿਸਕਸ ਕਰ ਲਵਾਂਗੇ ਜੀ ਜੀ ਸਰ ਆਪ ਇੱਕ ਮਿੰਟ ਦੇ ਦੇ ਮੈਂ ਉਸੇ ਆਪਕੋ ਨਾ ਪੁੱਛ ਕੇ ਬਤਾਤੀ ਹੂੰ ਬੀਬੀ ਨਿੱਕੇ ਨਿੱਕੇ ਮੇਰੇ ਬੱਚੇ ਆ ਮੈਂ ਅਜੇ ਇੰਨੇ ਕੰਮ ਨਿਬੇੜਨੇ ਆ ਤੁਸੀਂ ਮੈਨੂੰ ਸਵਖਤੇ ਉੱਪਰ ਭੇਜਣਾ ਹੈ ਉੱਪਰ ਬੋਸ ਬੈਠੇ ਮੀਟਿੰਗ ਕਰੇਗਾ ਤੇ ਥੱਲੇ ਸਾਹਿਬ ਨੂੰ ਡਰ ਲੱਗਦਾ ਵਾ ਏਡੀ ਉੱਚੇ ਬੈਠੇ ਆ ਕਿੰਨੇ ਵਜੇ ਤੱਕ ਸਾਹਿਬ ਬਹਿੰਦੇ ਆ ਸਰ ਸਾਡੀ ਟਾਈਮਿੰਗ 6 ਤੋਂ ਪ੍ਰੋਪਰ ਹੈ ਤੋ 6 ਤੱਕ ਸਰ ਅਵੇਲੇਬਲ ਹੋਤੀ ਹੈ ਅੱਛਾ ਜੀ ਸਰ ਅਸਲਾਮ ਸਰ ਇਹ ਮਿਸਟਰ ਆਪਸੀ ਅਲਹਦੀ ਡਿਵੈਲਪਰ ਕਰ ਰਹੇ ਤੇ ਬਟ ਮੈਂ ਪਰ ਨਾ ਤੇ ਨਾ ਮਿਲੇਗਾ ਕਹਿ ਰਹੇ ਤੇ ਕਿ ਆਪ ਸੁਣ ਲੈਣਾ ਨੂੰ ਅਸਲਾਮ ਅਲੈਕੁਮ ਜੀ ਜੀ ਵਾਲੇਕੁਮ ਅਸਲਾਮ ਸਰ ਜੀ ਬੈਠੇ ਠੀਕ ਹੈ ਆਪ ਜਾਏ ਮੈਂ ਬਸ ਬੈਠੋ ਸਰ ਜੀ ਸਰ ਚਾਏ ਜਾਂ ਕੌਫੀ ਕੌਫੀ ਮੇਰਾ ਖਿਆਲ ਚੱਲੇਗੀ ਕੈਪੂਚੀਨਾ ਜੇ ਹੋ ਜਾਏ ਤਾਂ ਜ਼ਿਆਦਾ ਬਿਹਤਰ ਕਿਸੇ ਟਾਈਮ ਬੰਦਾ ਕਹਿ ਵੀ ਦਿੰਦਾ ਕਿ ਨਹੀਂ ਜੀ ਸਰ ਮੈਂ ਪੀ ਕੇ ਆਇਆ ਵਾਂ ਆਇਆ ਹੀ ਪਹਿਲੇ ਤਾਂ ਮੇਰੇ ਤਾਂ ਫਿਰ ਜ਼ਾਰੀ ਬਾਤ ਆ ਵੀ ਮੈਂ ਨਾ ਕਰਦਾ ਤਾਂ ਨਹੀਂ ਨਾ ਚੰਗਾ ਲੱਗਦਾ ਹਾਂ ਨਹੀਂ ਪਹਿਲੀ ਵਾਰੀ ਤਾਂ ਨਹੀਂ ਨਾ ਕਰਨੀ ਚਾਹੀਦੀ ਰੈਗੂਲਰ ਆਓਗੇ ਤਾਂ ਫਿਰ ਇੱਕ ਦੋ ਵਾਰੀ ਕਰੋਗੇ ਨਾ ਰੈਗੂਲਰ ਨਹੀਂ ਉਹ ਰਾਣਾ ਸੁਖੀਰ ਸਾਹਿਬ ਨੇ ਭੇਜਿਆ ਸੀ ਐਕਚੁਲੀ ਨਾ ਘਰ ਦੇ ਰਾਣਾ ਸੁਖੀਰ ਸਾਹਿਬ ਹਾਂਜੀ ਮਾਸ਼ਾਅੱਲਾ ਅਲਹਾਦੀ ਜਿਹੜੇ ਡਿਵੈਲਪਰ ਨੇ ਜੀ 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 ਉਹ ਸਾਡੇ ਮਾਸ਼ਾਅੱਲਾ ਬਹੁਤ ਪਿਆਰੇ ਨੇ ਹਾਂਜੀ ਅਤੇ ਹੁਕਮ ਬਸ ਕੋਈ
मैप वगैरह बनवाना सी। मैं एक्चुअली पहले तो दुबईयों बनवाता रहा वा, तो मलेशिया तो भी मैं मैप लैके तो घर के नक्शे बनवा के। अच्छा घर तमी मैप भेज दो अगे बना बना के। नहीं घर कंस्ट्रक्शन का है ना सिलसिला, वो फैमिली मेरी एक्चुअली आ रही है पाकिस्तान। कितने सी है जी पहले कितने सी? गुजरांवाले। अच्छा, गुजरांवाले तो पाकिस्तान आ रहे हैं। मेरा ख्याल जैकेट तुसी बहुत मोटी पाई है, तुहाडा ज़ेहन काम नहीं कर रहा। गुजरांवाला पाकिस्तान च ही है? नहीं वो देर इन्नी हो गई है फैमिली नू उत्थे सैटल। की गल भुल गए सीगे घर जाना? घर जाना नहीं भुले, वो उत्थे सैट सी, मैं इधर टोबे सैट सी, तो इस करके वो एक दूसरे नाल। तुसी दोवें लाहौर इकट्ठे हो रहे हो? जी मैं चाह रहा वा कि चलो एक मिड दे विच एक घर एक अच्छा सारा। अच्छी गल है जी, देखो घर बनना चाहिए, अल्लाह ताला दी रहमत होंदी जिहड़ा घर बंदा बनाउंदा वा। ते तुहाडे ते काफ़ी देर बाद होण लगी है क्योंकि बच्चे तुसी उत्थे छड्डे सी, आप तुसी टोबे सीगे। किस तरह दा तुसी चाहुंदे हो बनाइए? मैं छोटे बेटे नाल जरा मैं गल कर लाँ भी वो की चाहुंदा वा। नहीं फोन ना करो, तुसी छोटे बेटे नाल लै आओ। मैं कड़ा उहदे पोलियो दे टीके लवाउणे आ, उहदे नाल मशवरा ही लैणा वा कि उहदा की रुझान आ, की घर चाहुंदा किस तरह दा। चलो ठीक आ, औलाद नूं पुछ लैणा चाहीदा। किड्डा क बच्चा माशाला? बच्चा मेरा 4 साल दा। आ फिर पुछ लो, पुछ लो माशाला। 4 साल दे बच्चे नूं एक मकान मकून दा नहीं पुछी दा, उहनूं पुछदा बच्चा मैं आ रहा घर की लियावां तेरे वास्ते, पैंपर लै आवां जां तेरे लई दुध लै आवां जां, मतलब इहो जिहियां चीज़ां होंदियां ना, सर्दी आ छोटी मक्खी का शहद लै जाओ उन्हां वास्ते। नहीं एक्चुअली वो बच्चों के कहने का मकसद यही होंदा कि 4 साल के बच्चे ना मशवरा कर रहे हो, तुसी बड़ी गल है जी, मुहब्बत इन्नी बच्चों ना तुहाडी, काफ़ी देर तो तुसी जुदा जुदा रहे हो। हाँ जी वो बच्चों के मकसद यही होंदा वा कि फैमिली तो पुछना, मेरा कहने का मकसद ये सी कि हाँ फैमिली नू पुछीदा ना, तुसी बच्चे का कह रहे सी ना भी 4 साल का, वो अगों कुछ होर कह दे फायदा। नहीं उस तो वड्डा भी है वा, उहदे भी करना मशवरा क्योंकि मेरे तो बाद उन्हें सारी जायदाद का वारस बनना वा। वड्डे बेटे नू मैं पुछ लैंदा वा अपना बिजनेस वगैरह। हाँ वड्डे बेटे नू पुछो ना, देखो माशाला जिहड़ी गल हुण तुसी कीती सही। जी जी माशाला। वड्डे बेटे की किन्नी उमर है जी? उहदी 5.5 साल। 1.5 साल का ही फर्क आ, तुसी छोटे नू ही पुछ लो, मैं कहना दोवां नू बिठा के पुछ लो भी चाहुंदे की है। कल नू फिर छोटा बच्चा ना कहे मैनू तुसी पुछया ही नहीं, वड्डे नू पुछया। देखो मैं चाहना ये हाँ भी जिहड़ी एजुकेशन है ना। अच्छा अच्छा इहनू इंज कर दी जरा, ए देखो हुण गल करो। ये की है जी? ये साडा अपना हिसाब आ। अच्छा ये नाल कस्टमर का पता लग जाता भी इन्हें बनाने आ बिल्डिंग प्लाजा या नहीं। तो की सी बिजनेस अपना? मेरे 3 वेलने सी जी रौ दे। माशाल्लाह। ते 2-3 रेहड़ियाँ तुसी देखी होनी मिट्टी वालियाँ, जड़ियाँ एक 1 व्हील वाली होंदियाँ जिहड़ियां इत्थों फड़ी दी, इत्थों फड़ी दी। हाँ जी वो तो कंस्ट्रक्शन भी असं बहुत इस्तेमाल करने। हाँ जी नहीं नहीं सॉरी मैं उन्होंने जिद्दत दिती आ, 2-3 कारीगर रखे अगे, वो पिस्ता बादाम उहदे ते वो रात नूं फिर सेल करके मेरे नाल हिसाब कर दे आ। यानी कि उहदे ते ला के दिता तुसीं पिस्ता बादाम सारा? हाँ जी ताकि उहदा नाँ ते कोई रेंट पैंदा वा, तुहानूं पता महंगाई इन्नी आ। ਆ ਇਹ ਵੀ ਹੈਗਾ ਕੋਈ ਬਲਦੀ ਵਾਲੇ ਆ ਗਏ ਰੇੜ ਕੇ ਜਿੱਧਰ ਮਰਜ਼ੀ ਲੈ ਗਏ। ਹਾਂਜੀ ਉਹਦਾ ਰੇੜੀ ਚੁੱਕ ਵੀ ਲੈਂਦੇ ਨਾ ਗੌਰਮੈਂਟ, ਗਲਤ ਜਗ੍ਹਾ 'ਤੇ ਲੱਗੀ ਹੋਵੇ। ਹਾਂ ਨਹੀਂ ਉਹ ਬੰਦਾ ਆਪ ਹੀ ਲੈ ਜਾਂਦਾ, ਜਿੰਨੀ ਦੇਰ ਉਹਨਾਂ ਨੇ ਚੁੱਕਣਾ ਹੁੰਦਾ ਵਾ ਉਹ ਘੜੀਸ ਕੇ ਪਰੇ ਕਰ ਲੈਂਦਾ ਵਾ। ਚਲੋ ਬਹਰਹਾਲ ਤੁਸੀਂ ਅਤੇ ਮੈਂ ਚਾਹੁੰਦਾ ਤੁਸੀਂ ਵੀ ਉਸੇ ਘਰ 'ਚ ਰਹਿਣਾ, ਜ਼ਾਹਰੀ ਬਾਤ ਆ। ਇਹ ਵੀ ਬੱਚਿਆਂ ਨੂੰ ਪੁੱਛ ਲਓ ਤੁਹਾਨੂੰ ਰੱਖਦੇ ਨਹੀਂ ਰੱਖਦੇ, ਕਿਉਂਕਿ ਪਿੱਛੇ ਤੁਹਾਡਾ ਬਿਜ਼ਨਸ ਬਹੁਤ ਆ ਟੋਬੇ ਦੇ ਵਿੱਚ, ਟੋਬਾ ਟੇਕ ਸਿੰਘ 'ਚ ਤੁਹਾਡਾ 3 ਰੇਹੜੀਆਂ ਮਤਲਬ ਤੁਹਾਡੀਆਂ ਹੈਗੀਆਂ ਵੇਲਣੇ ਨੇ ਰੋਹ ਵਾਲੇ, ਅਤੇ ਉਹ ਵੇਲਣੇ ਨੇ ਉਹ ਤੋਂ ਤੁਸੀਂ ਤਰੱਕੀ ਕਰਕੇ ਹੁਣ ਆਪਣੀ ਸ਼ੂਗਰ ਮਿਲ ਬਣਾ ਸਕਦੇ ਹੋ। ਨਹੀਂ ਉਹ ਵੀ ਸ਼ੂਗਰ ਮਿਲ ਦਾ ਹੀ ਆ, ਮਾਣ ਡੇਢ ਮਾਣ ਗੰਨਾ ਇੱਕ ਡੇਲੀ ਲੱਗਦਾ ਲੱਗਦਾ ਵਾ, ਫਿਰ ਉਹਦਾ ਜਿਹੜਾ ਬੰਦੇ ਰੱਖੇ ਆ ਜਾਂ ਖੁਦ ਤੁਸੀਂ ਉਹਦੇ ਵਿੱਚ ਪਸੰਦ ਹੋ ਮਸ਼ੀਨ ਦੇ ਵਿੱਚ? ਨਹੀਂ ਨਹੀਂ ਉਹ ਕਾਰੀਗਰ ਰੱਖੇ ਅੱਗੇ, ਮਜ਼ਦੂਰ ਨੇ, ਲੇਬਰ ਲੱਗੀ ਆ। ਲੇਬਰ ਲੱਗੀ ਆ ਹਾਂਜੀ, ਅਤੇ ਉਹ ਫਿਰ ਜਿਹੜਾ ਉਹਦਾ ਬੂਸਾ ਜਿਹਨੂੰ ਕਹਿੰਦੇ ਆ ਜਿਹੜਾ ਕੂੜਾ ਕਰਕਟ ਉਹਦਾ ਜਿਹੜਾ ਅੱਗੇ ਨਿਕਲਦਾ ਬਰਾਦਾ
ਉਹਨੂੰ ਫਿਰ ਮੈਂ ਕੀ ਇਰਾਦਾ ਹੈ ਬਰਾਦਾ ਜਿਹੜਾ ਨਿਕਲਦਾ ਹੈ ਬਰਾਦਰਾਂ ਦੇ ਤੌਰ 'ਤੇ ਮੈਨੂੰ ਦੱਸੋ ਕਿ ਜਿਹੜਾ ਬਰਾਦਾ ਨਿਕਲਦਾ ਹੈ ਉਹ ਅੱਗੇ ਤੁਸੀਂ ਸੇਲ ਕਰਦੇ ਫਿਰ ਨਹੀਂ ਨਹੀਂ ਉਹਨੂੰ ਮੈਂ ਲੈਦਾ ਇੱਕ ਮੈਂ ਮਸ਼ੀਨ ਲਾਈ ਆ ਡਰਾਈ ਮਸ਼ੀਨ ਇੱਕ ਨਾ ਬੜਾ ਵੱਡਾ ਪਲਾਂਟ ਲਾਇਆ ਵਾ ਅੱਛਾ ਉਹਦੇ 'ਚ ਖੁਸ਼ਕ ਕਰਕੇ ਫਿਰ ਵਿਲੇਜ ਏਰੀਏ ਦੇ ਵਿੱਚ ਉਹਨੂੰ ਮੈਂ ਵੇਚਦਾ ਵਾਂ ਜਾ ਕੇ ਤਾਂ ਕਿ ਜਿਨ੍ਹਾਂ ਦੇ ਜਿੱਥੇ ਗੈਸ ਪ੍ਰੋਵਾਈਡ ਨਹੀਂ ਹੈ ਗੈਸ ਦਾ ਬੜਾ ਮਸਲਾ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਤੇ ਉਹ ਫਿਰ ਉਹ ਉੱਥੇ ਵਿਕ ਜਾਂਦਾ ਵਾ ਉਹਨਾਂ ਨੂੰ ਜਲਾਉਂਦੇ ਨੇ ਅਤੇ ਉਹਦੇ ਉੱਤੇ ਫਿਰ ਚੀਜ਼ਾਂ ਚੂਜ਼ਾਂ ਪੱਕਦੀਆਂ ਅਤੇ ਜਿਹੜੀਆਂ ਸ਼ੁਕਰ ਹੈ ਅਲਹਮਦੁਲਿਲਾ ਮੈਂ ਕੀ ਤੁਹਾਨੂੰ ਆਪਣੇ ਬਿਜ਼ਨਸ ਬਾਰੇ ਦੱਸਣਾ ਨਜ਼ਰ ਮੈਨੂੰ ਲੱਗ ਗਿਆ ਪਤਾ ਨਜ਼ਰ ਵੀ ਲੱਗ ਜਾਂਦੀ ਆ ਅਤੇ ਨਹੀਂ ਨਜ਼ਰ ਨਹੀਂ ਲੱਗਦੀ ਇਹੋ ਜਿਹੇ ਬਿਜ਼ਨਸ 'ਤੇ ਤਾਂ ਥੋੜ੍ਹੇ ਜਿਹੇ ਪੈਸੇ ਲੱਗਦੇ ਨਜ਼ਰ ਨਹੀਂ ਲੱਗਦੀ ਉਹ ਗੰਨਾ ਜਿਹੜਾ ਹੁੰਦਾ ਨਾ ਗੰਨਾ ਆਪਣਾ ਤੁਸੀਂ ਬੀਜਿਆ ਹਾਂਜੀ ਕੁਛ ਜ਼ਮੀਨ ਵੀ ਹੈ ਵਾ ਉਹਦੇ 'ਚ ਗੰਨਾ ਲਾਇਆ ਵਾ ਅੱਜ ਕੱਲ੍ਹ ਗੰਨਾ ਲੋਕ ਬਹੁਤ ਬੀਜ ਰਹੇ ਆ ਗੰਨੇ ਦਾ ਸੀਜ਼ਨ ਆ ਹਾਂਜੀ ਇਹ ਗੰਨੇ ਦੀ ਫਸਲ ਜਿਹੜੀ ਆ ਜ਼ਿਆਦਾ ਹੋ ਰਹੀ ਆ ਇੱਧਰ ਬਹੁਤ ਹੋ ਰਹੀ ਰਹੀਮ ਯਾਰ ਖਾਨ ਸਾਦਕਾਬਾਦ ਖਾਨਪੁਰ ਇੱਧਰ ਗੰਨੇ ਦੀ ਮਤਲਬ ਬਹੁਤ ਕਾਸ਼ਤ ਹੋ ਰਹੀ ਆ ਪਹਿਲੇ ਹੁੰਦੀ ਸੀ ਕਪਾਹ ਦੀ ਹਾਂਜੀ ਕਪਾਹ ਘਟਾ ਦਿੱਤੀ ਗੰਨਾ ਜ਼ਿਆਦਾ ਹੋ ਗਿਆ ਬਸ ਉਹ ਜਗ੍ਹਾ ਲੈ ਲਈ ਨਾ ਕੋਈ ਕੇਸ ਤਾਂ ਨਹੀਂ ਤੁਹਾਡੇ ਕੋਲ ਸ਼ੂਗਰ ਮਿਲ ਦਾ ਕੋਈ ਕੇਸ ਤਾਂ ਨਹੀਂ ਤੁਹਾਡੇ 'ਤੇ ਨਹੀਂ ਨਹੀਂ ਸ਼ੂਗਰ ਮਿਲ ਦਾ ਕੇਸ ਕਿਉਂ ਹੋਣਾ ਵਾ ਜਦੋਂ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਸਾਨੂੰ ਕੀ ਕੋਈ ਗੰਨੇ ਦੀ ਰੋਹ ਦਾ ਜਿਹੜਾ ਮਤਲਬ ਗਲਾਸ ਆ ਇਹਦਾ ਰੇਟ ਤੁਸੀਂ ਕੱਢਦੇ ਹੋ ਪੂਰੀ ਪਾਕਿਸਤਾਨ 'ਚ ਪਾਕਿਸਤਾਨ 'ਚ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਪੋਲਟਰੀ ਦਾ ਜਿਹੜਾ ਰੇਟ ਹੈ ਉਹ ਮੀਆਂ ਹਮਜ਼ਾ ਸਾਹਿਬ ਕੱਢਦੇ ਹਮਜ਼ਾ ਸ਼ਰੀਫ ਸਾਹਿਬ ਕੱਢਦੇ ਆ ਅਤੇ ਇੱਧਰ ਹੁਣ ਨਹੀਂ ਕੱਢਦੇ ਹਾਂਜੀ ਹੁਣ ਨਹੀਂ ਕੱਢਦੇ ਕੀ ਗੱਲ ਹੋ ਗਈ ਹੁਣ ਤਾਂ ਆਪ ਨਿਕਲੇ ਵਿਚਾਰੇ ਇੱਧਰ ਉੱਧਰ ਹੋਏ ਆ ਇਸ ਤਰ੍ਹਾਂ ਹੀ ਜਿਹੜਾ ਗੰਨੇ ਦੀ ਰੋਹ ਦਾ ਰੇਟ ਆ ਉਹ ਟੋਭੇ 'ਚੋਂ ਪੂਰੇ ਪਾਕਿਸਤਾਨ 'ਚ ਮੈਂ ਫਸਟ ਟਾਈਮ ਕੱਢਦਾ ਵਾਂ ਅਤੇ ਇੱਕ ਗੰਨੇ 'ਤੇ ਤੁਸੀਂ ਗੰਨਾ ਕਦੇ ਦੇਖਿਆ ਹੋਏਗਾ ਸ਼ੂਗਰ ਕੇਨ ਤੁਹਾਡੇ ਕਾ ਇਤਫਾਕ ਹੋਵੇ ਉਹਦੇ ਵਿੱਚੋਂ ਗੱਠਾਂ ਨਿਕਲਦੀਆਂ ਵਾਂ ਇੱਕ ਸੈਂਟਰ ਦੇ ਵਿੱਚ ਹਾਂਜੀ ਹਾਂਜੀ ਪੋਰੀ ਹੁੰਦੀ ਉਹਨੂੰ ਪੋਰੀ ਕਹਿੰਦੇ ਆ ਸਾਡੇ ਵਿਲੇਜ ਏਰੀਏ 'ਚ ਗੱਠਾਂ ਵੀ ਕਹਿੰਦੇ ਉਹ ਗੱਠਾਂ ਜਿਹੜੀਆਂ ਨਿਕਲਦੀਆਂ ਵਾਂ ਉਹਦਾ ਫਿਰ ਲਹਿਦਾ ਮੈਂ ਇੱਕ ਬਿਜ਼ਨਸ ਰੱਖਿਆ ਵਾ ਉਹਨਾਂ ਨੂੰ ਡਰਾਈ ਕਰਕੇ ਡਰਾਈ ਫਰੂਟ ਦੇ ਤੌਰ 'ਤੇ ਵੀ ਫਿਰ ਮੈਂ ਉਹਨਾਂ ਨੂੰ ਗੱਠਾਂ ਗੱਠਾਂ ਤੁਹਾਡਾ ਤਾਂ ਗੱਠਾ ਗੱਠ ਕੰਮ ਹੋ ਰਿਹਾ ਜੀ ਅਤੇ ਚਲੋ ਸਾਡੇ ਲਈ ਕੀ ਹੁਕਮ ਆ ਕਾਫੀ ਅੱਗੇ ਕੰਮ ਹੋ ਗਿਆ ਹੁਣ ਅਤੇ ਦੱਸੋ ਹੁਣ ਕੀ ਹੈ ਮੰਗਾਓ ਕਾਫੀ ਕਾਫੀ ਹਾਂ ਮੈਂ ਪਤਾ ਨਹੀਂ ਅੱਜ ਬੈਲ ਕਿੱਥੇ ਰੱਖ ਬੈਠਾ ਮੈਨੂੰ ਸਮਝ ਹੀ ਨਹੀਂ ਲੱਗਣ ਦੇ ਕਾਫੀ ਤੋਂ ਤੁਸੀਂ ਕੁਛ ਮੈਮਰੀ ਤੁਹਾਡੀ ਖਰਾਬ ਆ ਜਦੋਂ ਕਾਫੀ ਦਾ ਨਹੀਂ ਉਹ ਬੈਲ ਦੇਈਦੀ ਆ ਨਾ ਫਿਰ ਉਹ ਆਉਂਦੇ ਆ ਲੋਕ ਫਿਰ ਉਹਨਾਂ ਨੂੰ ਕਹੀਦਾ ਆਪਣੇ ਪਿੱਛੇ ਜਿਹੜਾ ਜਿੰਨਾ ਵੀ ਅਮਲਾ ਕੰਮ ਕਰ ਰਿਹਾ ਨਾ ਥੱਲੇ ਮੇਰੇ ਨਹੀਂ ਇੱਕ ਬੈਲ ਨਾ ਸਾਰਾ ਅਮਲਾ ਤਾਂ ਕਿਤੇ ਵੀ ਨਹੀਂ ਵੇਖਿਆ ਆਉਂਦਿਆਂ ਚਲੋ ਨੈਬ ਕਾਸਤ 'ਤੇ ਹੋਇਆ ਵੀ ਆ ਜਾਂਦਾ ਵਾ ਤੁਸੀਂ ਇੱਕ ਬੈਲ 'ਤੇ ਸਾਰਾ ਅਮਲਾ ਲਾਇਆ ਨਹੀਂ ਮੈਂ ਇੱਕ ਮਿੰਟ ਮੈਂ ਕਿੱਥੇ ਰੱਖ ਬੈਠਾ ਮੈਨੂੰ ਸਮਝ ਹੀ ਨਹੀਂ ਲੱਗਦਾ ਚਲੋ ਕਾਫੀ ਰਹਿਣ ਦਿਓ ਤੁਸੀਂ ਐਡੀ ਪਰੇਸ਼ਾਨ ਨਾ ਜਾਂ ਮੈਂ ਕੱਲ੍ਹ ਘਰ ਲੈ ਗਿਆ ਜੇਬ 'ਚ ਪਾ ਕੇ ਮੈਨੂੰ ਸਮਝ ਹੀ ਨਹੀਂ ਲੱਗ ਰਹੀ ਮੈਂ ਕਿੱਥੇ ਰੱਖ ਤੁਸੀਂ ਲੱਗਦਾ ਜਿੰਨੀਆਂ ਚੀਜ਼ਾਂ ਖੜਦੇ ਹੋ ਲਹਿਦਾ ਆਫਿਸ ਪਾ ਲੈਣਾ ਘਰ ਹੀ ਤੁਸੀਂ ਚਲੋ ਅਤੇ ਦੱਸੋ ਹੁਣ ਕੀ ਬਣਾਉਣਾ ਤੁਸੀਂ ਕਾਫੀ ਬਣਵਾਓ ਨਾ ਪਹਿਲੇ ਯਾਰ ਕਾਫੀ ਦੇਰ ਹੋ ਗਈ ਆ ਦੇਖੋ ਨਾ ਤੁਹਾਡੀ ਯਾਦਾਸ਼ਤ ਚੱਲੀ ਜਾਂਦੀ ਆ ਕਾਫੀ ਦੇ ਨਾਂ 'ਤੇ ਜਾਂ ਤਾਂ ਤੁਸੀਂ ਪੁੱਛਦੇ ਹੀ ਨਾ ਕੋਈ ਮਸਲਾ ਨਹੀਂ ਸੀ ਡੋਂਟ ਵਰੀ ਹੈਲੋ ਯਾਰ ਕਾਫੀ ਉੱਪਰ ਲੈ ਕੇ ਆਓ ਨਾ ਇੱਕ ਅੱਛਾ ਮੁੰਡਾ ਸਮਾਨ ਲੈਣ ਗਿਆ ਰੇਤਾ ਬੱਜਰੀ ਨਾ ਬਣਾਉਣੀ ਆ ਚਲੋ ਠੀਕ ਆ ਉਹ ਆਵੇ ਤਾਂ ਫਿਰ ਜਲਦੀ ਉਹਨੂੰ ਕਹ ਉੱਪਰ ਲੈ ਆਵੇ ਇੱਕ ਬਣਾ ਕੇ ਨਹੀਂ ਉਹ ਸਮਾਨ ਕਾਫੀ ਦਾ ਕਿਹੜਾ ਸਮਾਨ ਹੁੰਦਾ ਕਿਹੜਾ ਤੁਸੀਂ ਦੋ ਸੂਤਰ ਦਾ ਸਰੀਆ ਮੰਗਾਉਣਾ ਵਾ ਅਤੇ ਫੇਕ ਕਾਫੀ ਖਤਮ ਹੋਈ ਸੀ ਚੀਨੀ ਮਿਲਕ ਵੀ ਖਤਮ ਹੋਇਆ ਸੀਗਾ ਅਤੇ ਇਸ ਲਈ ਫਿਰ ਉਹ ਬੱਚਾ ਗਿਆ ਅਤੇ ਹੈ ਕਿਹੜੀ ਚੀਜ਼ ਆ ਦਫ਼ਤਰ ਦੇ ਵਿੱਚ ਕਿਚਨ ਕਿਚਨ ਥੱਲੇ ਆ ਬਸ ਕਿਚਨ ਹੀ ਆ ਨਹੀਂ 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 ਅੱਛਾ ਤੁਸੀਂ ਕਹਿ ਰਹੇ ਸੀਗੇ ਕਿ ਮੈਪ ਬਣਾਉਣਾ ਨਕਸ਼ਾ ਜਿਹਨੂੰ ਕਹਿੰਦੇ ਹੋ ਜੀ ਜੀ ਮੈਂ ਤੁਹਾਨੂੰ ਅਸੀਂ ਨਕਸ਼ਾ ਦਿਖਾ ਦਈਏ ਨਕਸ਼ੇ ਤੋਂ ਇਲਾਵਾ ਅਸੀਂ ਕੰਸਟਰਕਸ਼ਨ ਦਾ ਵੀ ਨਾਲ ਕੰਮ ਕਰਨੇ ਹਾਂ ਬਸ ਤੁਸੀਂ ਸਾਨੂੰ ਦੱਸ ਦੇਣਾ ਵੀ ਇਹ ਬਣਾਉਣੀ ਚੀਜ਼ ਅਤੇ ਅਸੀਂ ਸਾਰਾ ਕੁਛ ਬਣਾ ਕੇ ਚਾਬੀ ਤੁਹਾਡੇ ਹੱਥ 'ਚ ਫੜਾ ਦੇਣੀ ਅਤੇ ਲਿਆਓ ਚਾਬੀ ਦੇਵੋ ਮੈਂ ਆਪਣੇ ਬੱਚੇ ਉੱਥੇ ਸੈੱਟ ਕਰਾਂ ਚਾਬੀ ਦਿਓਗੀ ਗੱਲ ਸੈੱਲ ਮੁੱਕੇ ਤੇਰੇ ਅਜੇ ਤਾਂ ਬਣਨਾ ਵਾ ਕੋਈ ਚੀਜ਼ ਬਣੇਗੀ ਤਾਂ ਚਾਬੀ ਦਿਆਂਗੇ ਨਾ ਤੁਹਾਨੂੰ ਮੇਰਾ ਜਿਹੜਾ ਡਿਜ਼ਾਈਨਰ ਆ ਨਾ ਇੱਥੇ ਮੁੰਡੇ ਸਾਰੇ ਹੀ ਆਪਣੇ ਨਾਲ ਲੇਕਿਨ ਉਹਨਾਂ ਮੁੰਡਿਆਂ 'ਚੋਂ ਉਹ ਸੀਨੀਅਰ ਆ ਉਹਨੂੰ ਮੈਂ ਬੁਲਾਉਂਦਾ ਨਈਮ ਸਾਹਿਬ ਹੈ ਜੀ ਕੀ ਹੋਇਆ ਸਰ ਇੱਦਾਂ ਕੋਈ ਆਫਿਸ 'ਚ ਆਵਾਜ਼ ਆਨਰ ਜਿਹੜਾ ਹੁੰਦਾ ਉਹ ਕਦੀ ਵੀ ਆਵਾਜ਼ ਆਪ ਨਹੀਂ ਇਸ ਤਰ੍ਹਾਂ ਦਾ ਪਿਓਰ ਨਈਮ ਸਾਹਿਬ ਦੇਖੋ ਆਵਾਜ਼ ਦੇਣੀ ਪੈਂਦੀ ਹੈ ਕੋਈ ਗੂੰਗਿਆਂ ਦਾ ਦਫ਼ਤਰ 'ਤੇ ਨਹੀਂ ਨਾ ਨਹੀਂ ਆਵਾਜ਼ ਤੁਸੀਂ ਦੇ ਰਹੇ ਹੋ ਇੰਝ ਆਵਾਜ਼ ਤੁਸੀਂ ਕਾਫੀ ਵਾਲੇ ਨੂੰ ਨਹੀਂ ਦੇ ਰਹੇ ਵੀ ਉਹ ਹੀ ਮੰਗਾ ਲਵੇ ਨਹੀਂ ਉਹ ਜ਼ਰਾ ਬੋਲਾ ਥੋੜ੍ਹਾ ਜਿਹਾ ਨਈਮ ਸਾਹਿਬ ਨੂੰ ਭੇਜੋ ਨਈਮ ਸਾਹਿਬ ਨਈਮ ਸਾਹਿਬ
ਉੱਠੀ ਤੂੰ ਆਪ ਜਾਈ ਥੱਲੇ ਜਰਾ ਉਹਨੂੰ ਹੈਲੋ ਉਹ ਥੱਲੇ ਜਾਈ ਉਹ ਆ ਹੀ ਗਏ ਨੇ ਨਈਮ ਸਾਹਿਬ ਜੀ ਸਰ ਕਲਾਇੰਟ ਨੇ ਮਾਸ਼ਾਅੱਲਾ ਅਸਲਾਮ ਅਲੈਕੁਮ ਤੇ ਇਹਨਾਂ ਨੇ ਕੋਈ ਪਲਾਜ਼ਾ ਪਲੂਜ਼ਾ ਬਣਾਉਣਾ ਹੈ ਅਤੇ ਉਹ ਆਏ ਨੇ ਅਤੇ ਕਿਹਨਾਂ ਨੇ ਭੇਜਿਆ ਸੀ ਤੁਹਾਨੂੰ ਮੈਨੂੰ ਰਾਣਾ ਸਹੀਦ ਸਾਹਿਬ ਨੇ ਰਾਣਾ ਸਹੀਦ ਸਾਹਿਬ ਨੇ ਅਲਹਾਦੀ ਡਿਵੈਲਪਰ ਜਿਹੜੇ ਨੇ ਬਰਕੀ ਰੋਡ ਵਾਲੇ ਹਾਂ ਲਓ ਉਹ ਤਾਂ ਸਾਡੇ ਬੜੇ ਵਧੀਆ ਮੈਂ ਕਹਿੰਦਾ ਵੀ ਇੰਨੀ ਤੁਸੀਂ ਇੱਜ਼ਤ ਕੀਤੀ ਹੈ ਘੰਟਾ ਹੋ ਗਿਆ ਕੌਫੀ ਨਹੀਂ ਆਈ ਇਹ ਹਿੰਦੀ ਮਹਿਮਾਨ ਨਵਾਜ਼ੀ ਤੁਸੀਂ ਬੜਾ ਪੱਖ ਰੱਖ ਰਹੇ ਹੋ ਉਹਨਾਂ ਦਾ ਤੁਸੀਂ ਇਹਨਾਂ ਨੂੰ ਕੋਈ ਨਕਸ਼ੇ ਦਿਖਾ ਦਿਓ ਤੁਸੀਂ ਕੋਈ ਮੈਪ ਦਿਖਾਓ ਜਿਹੜਾ ਕੋਈ ਮੈਂ ਮੇਰੀ ਕੋਈ ਸਮਝ 'ਚ ਆਇਆ ਫਿਰ ਮੈਂ ਬੱਚਿਆਂ ਨੂੰ ਵੀ ਇਨਵਾਲਵ ਕਰ ਲਵਾਂਗਾ ਵੀਡੀਓ ਕਾਲ 'ਤੇ ਲੈ ਲਵਾਂਗਾ ਉਹਨਾਂ ਨੂੰ ਵੀ ਅਸੀਂ ਨਕਸ਼ਾ ਬਣਾ ਕੇ ਬਲਕਿ ਮੜਾ ਕੇ ਤੁਹਾਡੇ ਗਲੇ 'ਚ ਪਾ ਦੇਣਾ ਤੁਹਾਨੂੰ ਬਣੇ ਬਣਾਏ ਅਸੀਂ ਦਿਖਾ ਦਿੰਦੇ ਹਾਂ ਐਲ ਈ ਡੀ 'ਚ ਹੈ ਇਹਦੇ 'ਚ ਤੁਹਾਨੂੰ ਦਿਖਾਉਂਦੇ ਹਾਂ ਉੱਠੋ ਹਾਂਜੀ ਨਹੀਂ ਮੈਂ ਕਿਹਾ ਉੱਠੋ ਤੁਹਾਨੂੰ ਦਿਖਾਈਏ ਇਹ ਜ਼ਰਾ ਕਰੋ ਨਈਮ ਸਾਹਿਬ ਸਾਰਾ ਮੈਨੂੰ ਤਾਂ ਐਲ ਈ ਡੀ ਨਜ਼ਰ ਨਹੀਂ ਆ ਰਹੀ ਨਹੀਂ ਸਰ ਤੁਹਾਡੇ ਪਿੱਛੇ ਲੱਗੀ ਹੈ ਹਾਂਜੀ ਪਿੱਛੇ ਪਿੱਛੇ ਤੁਹਾਡੇ ਔਨ ਘੁੰਮੋਗੇ ਨਾ ਫਿਰ ਪਤਾ ਲੱਗਣਾ ਤੁਹਾਨੂੰ ਇੱਕ ਮਿੰਟ ਸਾਨੂੰ ਜ਼ਰਾ ਸੈਟਿੰਗ ਕਰ ਲੈਂਦੇ ਹੋ ਅਤੇ ਕੌਫੀ ਵਾਲੇ ਦੀ ਵੀ ਸੈਟਿੰਗ ਕਰਾ ਦਿਉ ਵੀ ਮੰਗਾ ਲਓ ਕੁਛ ਸਰ ਕੌਫੀ ਤੁਹਾਨੂੰ ਲਿਆਉਣ ਤੋਂ ਬਗੈਰ ਅਸੀਂ ਨਹੀਂ ਜਾਣ ਦਿਆਂਗੇ ਮੁੰਡਾ ਕਿੱਥੇ ਕੁ ਗਿਆ ਕੌਫੀ ਲੈਣ ਉਹਦੇ ਨਾਲ ਕੋਈ ਰਾਬਤਾ ਕੀਤਾ ਪਿੱਛੇ ਲੇਜ਼ੀ ਜਿਹਾ ਬੰਦਾ ਰੱਖਿਆ ਸਲੀਮ ਸਾਹਿਬ ਤੁਸੀਂ ਇੱਧਰ ਆਓ ਕਿੰਨੀ ਦੇਰ ਲੱਗੀ ਆ ਇਹ ਇਹ ਦੇਖੋ ਤੁਸੀਂ ਇਹ ਦੇਖ ਰਹੇ ਹੋ ਪਲਾਜ਼ਾ ਜੀ ਜੀ ਇਹ ਅੱਗੇ ਆਓ ਜ਼ਰਾ ਅਤੇ ਇਹ ਦੇਖ ਰਹੇ ਹੋ ਕੈਸਾ ਨਕਸ਼ਾ ਹਾਂਜੀ ਹਾਂ ਖੂਬਸੂਰਤੀ ਵੀ ਇਹਦੀ ਪਾਰਕਿੰਗ ਹਰ ਚੀਜ਼ ਲਿਫਟ ਅਤੇ ਇਹ ਦੇਖ ਲਓ ਜੀ ਇਹ ਜ਼ਰਾ ਤੁਹਾਨੂੰ ਇਹ ਜਿਸ ਤਰ੍ਹਾਂ ਕਹੋਗੇ ਤੁਹਾਨੂੰ ਚਾਰੇ ਪਾਸਿਓਂ ਦਿਖਾ ਦਿਆਂਗੇ ਕਿ ਉਹ ਬਿਲਡਿੰਗ ਹੀ ਲੰਮੇ ਪਾ ਦਿੱਤੇ ਸੀ ਤੁਸੀਂ ਅਤੇ ਆਹ ਚੀਜ਼ਾਂ ਨਹੀਂ ਨਹੀਂ ਉਹ ਦਿਖਾਉਣਾ ਪੈਂਦਾ ਨਾ ਇਸੋ ਵੀ ਇੱਧਰੋਂ ਵੀ ਸਾਰਾ ਇਹ ਦਰਖਤ ਹੈਲੋ ਕੀ ਹੋਇਆ ਯਾਰ ਮੈਨੂੰ ਚੰਗੀ ਤਰ੍ਹਾਂ ਦੇਖਣ 'ਤੇ ਦੇਵੇ ਵੀ ਕੀ ਆ ਉਹ ਮੈਂ ਚੰਗੀ ਤਰ੍ਹਾਂ ਤੂੰ ਰੰਗ ਕਰਨਾ ਵਾ ਬਸ ਦੇਖ ਲਓ ਤੁਸੀਂ ਵੀ ਮੈਂ ਉਹੀ ਇਸ ਤਰ੍ਹਾਂ ਦਾ ਬਣਾ ਦਿਓ ਉਹਦੀਆਂ ਸਾਈਡਾਂ 'ਤੇ ਦਿਖਾਓ ਬੈਕ ਸਾਈਡ 'ਤੇ ਕੀ ਹੈ ਇਹਦੇ ਬੈਕ ਸਾਈਡ 'ਤੇ ਕੀ ਆ ਦਰਖਤ ਹੀ ਆ ਇੱਥੋਂ ਨਜ਼ਰ ਨਹੀਂ ਆ ਰਹੇ ਬੈਕ ਸਾਈਡ 'ਤੇ ਕਿਹੜਾ ਕੋਈ ਅੱਲਾ ਮਾਫੀ ਦੇਵੇ ਲੁਕੇ ਆ ਲੋਕ ਵੀ ਉੱਧਰੋਂ ਦੇਖਣੇ ਤੋਂ ਇਹ ਜਿਹੜੇ ਗਮਲੇ ਆ ਕਿਹੜੇ ਇਹ ਜਿਹੜੇ ਇਹ ਹਾਂਜੀ ਇਹ ਗਮਲੇ ਤੁਹਾਨੂੰ ਵਿੱਚ ਲਾ ਕੇ ਦਿਆਂਗੇ ਅਸੀਂ ਨਹੀਂ ਇਹ 2 ਫੁੱਟ ਦਾ ਮੈਨੂੰ ਲੱਗਦਾ ਪਲਾਜ਼ਾ ਉਹ ਭਾਈ ਉਹ ਐਲ ਈ ਡੀ 'ਤੇ ਲੱਗਣ ਦਿਆ 2 ਫੁੱਟ ਦਾ ਪਲਾਜ਼ਾ ਹੁੰਦਾ ਪਲਾਜ਼ਾ ਸਾਈਡ ਵਾਲੀ ਜੇਬ 'ਚ ਪਾਉਣਾ ਤੂੰ ਇਹ ਹੋਰ ਦੂਸਰੀ ਵੀ ਦਿਖਾ ਦਿਓ ਦੂਸਰਾ ਇਹ ਤੁਸੀਂ ਵਾਕਈ ਇਹ ਦੇਖ ਲਓ ਇਹ ਘਰ ਆ ਘਰ ਵੀ ਆ 3 ਮੰਜ਼ਿਲਾ ਇਹ ਗੱਡੀਆਂ ਵੀ ਤੁਸੀਂ ਵਿੱਚ ਦੇਵੋਗੇ ਜਦੋਂ ਮੁਕੰਮਲ ਹੋ ਗਏ ਨਹੀਂ ਤੁਹਾਨੂੰ ਗੱਡੀ ਦੇ ਥੱਲੇ ਦਿਆਂਗੇ ਇਹ ਤੁਸੀਂ ਲੈਣੀਆਂ ਵਿੱਚ ਕਿਤੇ ਤੁਹਾਨੂੰ ਦੇਣੀਆਂ ਸੀ ਨਹੀਂ ਨਹੀਂ ਤੁਸੀਂ ਕਹਿ ਰਹੇ ਸੀ ਨਾ ਵੀ ਹਰ ਚੀਜ਼ ਜਿਹੜੀ ਕੀ ਤੁਹਾਨੂੰ ਚਾਬੀ ਦੇਵਾਂਗੇ ਫਰਨਿਸ਼ਡ ਘਰ ਹੋਏਗਾ ਅਗਰ ਗੱਡੀ ਦੇ ਪੈਸੇ ਦੇ ਦਿਓ ਉਹ ਵੀ ਤੁਹਾਨੂੰ ਵਿੱਚ ਖਿਲਾਰ ਦਿਆਂਗੇ ਜ਼ਾਹਰ ਹੈ ਕੰਸੈਕਸ਼ਨ ਦੇ ਤੁਸੀਂ ਦੇਣੇ ਨਾ ਪੈਸੇ ਜਿਹੜੀ ਚੀਜ਼ ਤੁਹਾਨੂੰ ਬਣਾ ਕੇ ਦੇਣੀ ਅਸੀਂ ਨਹੀਂ ਕੋਈ ਤਾਂ ਤੁਹਾਡੇ ਕੋਲੋਂ ਕੰਮ ਕਰਵਾ ਰਹੇ ਹਾਂ ਅਸੀਂ ਐਡਾ ਲੰਮਾ ਚੌੜਾ ਕੋਈ ਤਾਂ ਗਿਫਟ ਦੇਵੋ ਨਾ ਤੁਸੀਂ ਪੈ ਲਓ ਜੀ ਕਿਹੜਾ ਤੁਸੀਂ ਆਰਡਰ ਦੇ ਦਿੱਤਾ ਜੀ ਨਹੀਂ ਤਾਂ ਦੇਣਾ ਹੀ ਆ ਨਾ ਉਹ ਤਾਂ ਸਾਰੀ ਬਾਤ ਆ ਜਦੋਂ ਤੁਹਾਨੂੰ ਇਹ ਦੇਖ ਲਓ ਘਰ ਇੱਥੇ ਕਿ ਨਾ ਇੱਕ ਪੀਂਘ ਚਾਹੀਦੀ ਆ ਬੱਚਿਆਂ ਲਈ ਨਾ ਕਿੱਥੇ ਇਸ ਜਗ੍ਹਾ 'ਤੇ ਨਾ ਇੱਥੇ ਨਹੀਂ ਹੁੰਦੀ ਪੀਂਘ ਭਾਅ ਜੀ ਨਹੀਂ ਉਹ ਨਿਆਣੇ ਜਿਹੜੇ ਆ ਉਹ ਜਦੋਂ ਬਾਂਦਰ ਆ ਨਿਆਣੇ ਤੁਹਾਡੇ ਇੱਥੇ ਕਿੰਨੇ ਪੀਂਘ ਪਾਉਣੀ ਹੈ 3ਰੀ ਮੰਜ਼ਿਲ ਆ ਭਾਅ ਜੀ ਇਹ ਹੁੰਦੇ ਲਾਉਣ ਦੇ ਵਿੱਚ ਝੂਲੇ ਛੂਲੇ ਲੱਗ ਜਾਂਦੇ ਆ ਪੀਂਘ ਵੀ ਲੱਗ ਜਾਂਦੀ ਆ ਜਿੱਦਾਂ ਦੇ ਬੱਚੇ ਤੁਹਾਡੇ ਹੋਣਗੇ ਦੇਖ ਕੇ ਅਤੇ ਉਹਨਾਂ ਦੇ ਹਿਸਾਬ ਨਾਲ ਝੂਲੇ ਲਾਵਾਂਗੇ ਬੱਚੇ ਪੀਂਘ ਵਾਲਾ ਵੀ ਦਿਖਾ ਦਿਓ ਜੀ ਇਹ ਦੇਖ ਲਓ ਪੈ ਜਾਏਗੀ ਜੀ ਇਹ ਦੇਖ ਰਹੇ ਹੋ ਇਹ ਕੀ ਹੈ ਹੈਂਜੀ ਇਹ ਜਿਹੜੀ ਚੀਜ਼ ਦੇਖ ਰਹੇ ਹੋ ਹਾਂ ਵਿਜੜੇ ਦਾ ਆਲਣਾ ਜਿਹਾ ਲੱਗ ਰਿਹਾ ਮੈਨੂੰ ਉਹ ਨਹੀਂ ਸਰ ਇਹ ਸਮਝੋ ਕਿ ਇਹ ਝੂਲਾ ਹੀ ਆ ਇਹਦੇ 'ਚ ਵੱਡੇ ਛੋਟੇ ਜਿਹੜਾ ਮਰਜ਼ੀ ਬਹਿ ਜਾਵੇ ਨਹੀਂ 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 ਇਹ ਨਹੀਂ ਚਾਹੀਦੀ ਸਾਨੂੰ ਪੀਂਘ ਸਰ ਮੈਨੂੰ ਉਹ ਚਾਹੀਦੀ ਆ ਜਿਹੜੀ ਬੱਚਾ ਇੰਝ ਕਰਕੇ ਪੂਰਾ ਐਂ ਜਾਵੇ ਐਂ ਕਰਕੇ ਅੱਗੇ ਨੂੰ ਜਾਵੇ ਜਗ੍ਹਾ ਅਗਲੇ ਪਾਸੇ ਕਾਫੀ ਹੋਣੀ ਚਾਹੀਦੀ ਆ ਨਹੀਂ ਬੱਚਾ ਪਿੱਛੇ ਵੀ ਆਵੇ ਫਿਰ ਸਾਰੀ ਬਾਤ ਆ ਅਗਲੇ ਪਾਸੇ ਨਾਲ ਦਿਆਂ ਦੇ ਘਰ ਚੱਲ ਜਾਣਾ ਉਹਨੇ ਸਰ ਇਹ ਡੀਸੈਂਟ ਹੈਗੀ ਚੀਜ਼ ਅੱਜ ਕੱਲ੍ਹ ਦੇ ਦੌਰ 'ਚ ਚੱਲ ਰਹੀ ਆ ਇਹਦੇ ਵਿੱਚ ਤੁਸੀਂ ਬਹਿ ਕੇ ਕੌਫੀ ਪੀਓ ਕਿਤਾਬ ਪੜ੍ਹੋ ਜੋ ਮਰਜ਼ੀ ਕਰੋ ਇੱਥੇ ਤਾਂ ਕੌਫੀ ਆਉਣ ਨਹੀਂ ਗਈ ਮੈਨੂੰ ਘੰਟਾ ਹੋ ਗਿਆ ਕਲਪਦੇ ਨੂੰ ਉੱਥੇ ਆਏਗੀ ਉੱਥੇ ਆਏਗੀ ਯਾਨੀ ਕਿ ਮੈਂ 3-4 ਸਾਲ ਬਾਅਦ ਯਾਨੀ ਕਿ ਕੌਫੀ ਤੁਹਾਡੇ ਵੱਲੋਂ ਆਊ ਮੈਨੂੰ ਨਹੀਂ ਨਹੀਂ ਕੋਈ ਨਹੀਂ ਇਹ ਦੇਖੋ ਉੱਪਰੋਂ ਸ਼ੋਟ ਤੁਹਾਨੂੰ ਦਿਖਾ ਰਹੇ ਦਾ ਇਹ
ਕਿਡਸ ਰੂਮ ਬਣਾਉਣਾ ਵਾ ਕਿਡਸ ਰੂਮ ਜਿਹੜਾ ਤੁਸੀਂ ਜਗ੍ਹਾ ਪਹਿਲੋਂ ਦੱਸੋ ਉਹਦੀ ਪਮਾਇਸ਼ ਕਰੀਏ ਉਹਦਾ ਫਰੈਂਡ ਕਿੰਨਾ ਵਾ ਕਿੰਨੀ ਤੁਹਾਡੀ ਆ 6 ਕਨਾਲ ਆ 2 ਕਨਾਲ 4 ਕਨਾਲ ਜਗ੍ਹਾ ਦਾ ਦੇਖੋ ਮੈਂ ਬੱਚਿਆਂ ਨਾਲ ਆਪਣੀ ਬੇਗਮ ਨਾਲ ਮਸ਼ਵਰਾ ਕਰਕੇ ਸਾਰਾ ਮੈਂ ਤੁਰਿਆ ਵਾਂ ਐਵੇਂ ਤਾਂ ਨਹੀਂ ਨਾ ਮੈਂ ਤੁਹਾਡੇ ਕੋਲ ਆ ਗਿਆ ਤੁਹਾਨੂੰ ਕਰ ਲਵਾਂਗੇ ਕੋਈ ਮੈਨੂੰ ਤੁਹਾਨੂੰ ਪਾਕਿਸਤਾਨ ਦਾ ਨਕਸ਼ਾ ਦਈਏ ਸ਼ਾਇਦ ਉਹਦੇ ਵਿੱਚ ਤੁਹਾਡੀ ਕਿਤੇ ਜਗ੍ਹਾ ਹੋਵੇ ਤੁਸੀਂ ਨਿਸ਼ਾਨਦੇਹੀ ਤਾਂ ਕਰਾਓ ਥੋੜ੍ਹੀ ਜਿਹੀ ਵੀ ਇਹ ਸਾਡੀ ਜਗ੍ਹਾ ਨਹੀਂ ਸਾਰੀ ਬਾਤ ਆ ਪਾਕਿਸਤਾਨ 'ਚ ਜਦੋਂ ਮੇਰਾ ਇਰਾਦਾ ਹੀ ਬਣ ਗਿਆ ਸਰ ਲੋਕੇਸ਼ਨ ਦੇ ਹਿਸਾਬ ਨਾਲ ਅਸੀਂ ਚੀਜ਼ ਬਣਾਉਂਦੇ ਹਾਂ ਨਾ ਹੁਣ ਤੁਹਾਡਾ ਪਲਾਟ ਉਹ ਕਿਤੇ ਹੋਵੇ ਰੂੜੀਆਂ ਦੇ ਉੱਤੇ ਤਾਂ ਸਾਡੇ ਕੋਲ ਤਾਂ ਨਹੀਂ ਨਾ ਫਿਰ ਉੱਥੇ ਇਹੋ ਜਿਹਾ ਬਣਨਾ ਨਈਮ ਸਾਹਿਬ ਉਹ ਬਾਹਰ ਜਿਹੜੇ ਨੇ ਸਾਡੇ ਨਕਸ਼ੇ ਲੱਗੇ ਬਣੇ ਇਸ ਟਾਈਮ ਚੱਲ ਵੀ ਰਹੇ ਨੇ ਉਹ ਦਿਖਾ ਦਿੰਦੇ ਜੀ ਆਓ ਜੀ ਨਾਂ ਕੀ ਤੁਹਾਡਾ ਜੀ ਮੇਰਾ ਨਾਂ ਜੀ ਗੋਗਾ ਪਸਰੂਰੀ ਹੈ ਗੋਗੇ ਦਾ ਪਲਾਜ਼ਾ ਮਸ਼ਹੂਰ ਹੋਣਾ ਚਾਹੀਦਾ ਹੈ ਨਾ ਜੀ ਇਹ ਚੀਜ਼ਾਂ ਦੇਖ ਲਓ ਇਹ ਦੇਖੋ ਕਿੱਡਾ ਖੂਬਸੂਰਤ ਪਲਾਜ਼ਾ ਬਣਿਆ ਜੀ ਨਵਾਂ ਚੱਲ ਰਿਹਾ ਅੱਜ ਕੱਲ੍ਹ ਕਾਫੀ ਜ਼ਿਆਦਾ ਹੈਗਾ ਇਹ ਇਨ ਹੈ ਇਸ ਵੇਲੇ ਬੈਰੀਆ ਟਾਊਨ ਦੇ ਵਿੱਚ ਬੜੇ ਬਣੇ ਨੇ ਇਸ ਤਰ੍ਹਾਂ ਦੇ ਫਿਰ ਲੇਕ ਸਿਟੀ 'ਚ ਵੀ ਬਣ ਰਹੇ ਨੇ ਸਾਡੇ ਕੰਮ ਲੱਗੇ ਨੇ ਬੰਦੇ ਖਾਸ ਜਿੱਦਤ ਨਹੀਂ ਲੱਗੀ ਮੈਨੂੰ ਨਾ ਇਹਦੇ ਵਿੱਚ ਕੋਈ ਨਾ ਸਾਈਡ 'ਤੇ ਮੈਨੂੰ ਤੁਹਾਡੇ 'ਚ ਵੀ ਕੋਈ ਖਾਸ ਗੱਲ ਨਹੀਂ ਲੱਗੀ ਪਲਾਜ਼ੇ ਵਾਲੀ ਇਹ ਦੇਖ ਲਓ ਇਹਦੀ ਹਾਈਟ ਹੀ ਹੈ ਨਹੀਂ ਗੀ ਕਿੰਨੇ ਮੰਜ਼ਿਲਾ ਵਾ ਨਈਮ ਸਾਹਿਬ ਉੱਤੋਂ ਛਾਲ ਉੱਤੋਂ ਛਾਲ ਮਾਰਨੀ ਯਾਰ ਇੰਨਾ ਇੰਨੇ ਤਰ੍ਹਾਂ ਨਾ ਪਾਗਲ ਬਣਾਓ ਕਿੱਥੇ 3 ਮੰਜ਼ਿਲਾ ਉਹ ਯਾਰ ਇਹ ਤਸਵੀਰ ਆ ਫਲੈਕਸ ਆ ਭਾਈ ਕੀ ਹੋ ਗਿਆ ਤੈਨੂੰ ਤੂੰ ਇਹਦੇ ਨਾਲ ਗਿੱਠਾ ਮਿਣੀ ਜਾਂਦਾ ਜਿਹੜਾ ਗਿੱਠਾ ਮਿਣਨ ਦਿਆ ਕੀ ਪਲਾਜ਼ਾ ਬਣਾਉਣਾ ਇਹਨੇ ਉਹ ਉੱਧਰ ਉਰੇ ਹੋ ਜਾਓ ਉੱਤੇ ਬੰਦੇ ਹੈਗੇ ਉੱਥੋਂ ਥੁੱਕ ਦੇਣਗੇ ਤੁਹਾਡੇ 'ਤੇ ਇੱਧਰ ਆ ਜਾਓ ਥੋੜ੍ਹੇ ਜਿਹੇ ਉਹਦੇ 'ਚ ਰਹਿ ਰਹੇ ਲੋਕ ਇਹੀ ਚਾਹੁੰਦੇ ਤੁਸੀਂ ਮੈਂ ਬੱਚਿਆਂ ਨੂੰ ਫੈਮਿਲੀ ਨੂੰ ਐਡਜਸਟ ਕਰਕੇ ਅਤੇ ਮੈਂ ਪਾਕਿਸਤਾਨ 'ਚੋਂ ਚਲੇ ਜਾਣਾ ਟੋਬੇ ਵਾਪਸ ਉੱਥੇ ਨਾ ਟੋਬਾ ਟੇਕ ਸਿੰਘ ਚਲੇ ਜਾਣਾ ਆਹੋ ਤੁਹਾਡਾ ਬਿਜ਼ਨਸ ਆ ਪਿੱਛੇ ਸਾਰਾ ਐਵੇਂ ਤੁਸੀਂ ਇੱਥੇ ਆਏ ਪਿੱਛੋਂ ਅਗਲੇ ਰੋਹ ਪੀ ਜਾਣ ਤੁਹਾਡੀ ਸਾਰੀ ਅਤੇ ਲੁੱਕ ਆਫਟਰ ਕਰਨ ਵਾਲਾ ਵੀ ਕੋਈ ਨਹੀਂ ਨਾ ਮੇਰੇ ਤੋਂ ਹਟ ਤੁਹਾਡੇ ਅਤੇ ਹੁਣ ਠੀਕ ਹੈ ਸਰ ਹਾਂਜੀ ਦੱਸੋ ਸਾਨੂੰ ਕੋਈ ਚੀਜ਼ ਤੁਸੀਂ ਹੁਣ ਕੁਛ ਦੱਸੋਗੇ ਜਾਂ ਨਹੀਂ ਨਹੀਂ ਜਾਂ ਇੱਧਰ ਆਓ ਤੁਹਾਨੂੰ ਇੱਧਰ ਲੈ ਕੇ ਚੱਲਦੇ ਹਾਂ ਸਾਡਾ ਨਾ ਮੀਟਿੰਗ ਰੂਮ ਵੀ ਆ ਨਈਮ ਸਾਹਿਬ ਜੀ ਸਰ ਉਹ ਤੋਂ ਲੈਪਟੋਪ ਲਿਆਓ ਵੱਡੀ ਐਲ ਈ ਡੀ 'ਤੇ ਇਹਨਾਂ ਨੂੰ ਦਿਖਾ ਦੇਣੇ ਨਕਸ਼ੇ ਇਹ ਦੇਖੋ ਇਹ ਵੀ ਚੀਜ਼ਾਂ ਜਿਹੜੀਆਂ ਨਾ ਇਹ ਤਾਂ ਵੈਸੇ ਹੀ ਬਣਾਇਆ ਸੀ ਖੂਬਸੂਰਤੀ ਵਾਸਤੇ ਨਾ ਅਤੇ ਤੁਸੀਂ ਬੈਠੋ ਇੱਥੇ ਅਤੇ ਸਾਨੂੰ ਦੱਸੋ ਜਗ੍ਹਾ ਕਿੰਨੀ ਤੁਹਾਡੀ ਲੈ ਆਹ ਭਾਈ ਬੈਲ ਮੈਂ ਲੱਭ ਰਿਹਾ ਸੀ ਚਲੋ ਇਹ ਥੱਲੇ ਆ ਕੇ ਵਜਾ ਦਿਆ ਕਰੋ ਨਾ ਜਿਹਨੂੰ ਬੁਲਾਉਣਾ ਹੋਵੇ ਅਤੇ ਇਹ ਲਵੋ ਤੁਸੀਂ ਕੀ ਹੈ ਜੀ ਇਹ ਸਵੀਟ ਹੈ ਸਵੀਟ ਲਾਗੇ ਕੋਈ ਇੰਗਲਿਸ਼ ਮੀਡੀਅਮ ਸਕੂਲ ਵੀ ਹੈ ਜਿਹੜਾ ਵੇਚਦੇ ਹੋ ਨਹੀਂ ਨਹੀਂ ਇੱਥੇ ਫਿਰ ਉਹ ਹੁੰਦਾ ਗਲੇ ਵਾਸਤੇ ਫਿਲਹਾਲ ਮੈਂ ਆ ਗਿਆ ਸੀ ਇਹਦੇ ਨਾਲੋਂ ਯਾਰ ਉਹ ਚਾਹੇ ਤਿਆਰ ਉਹ ਦੇਖੋ ਲੜਕਾ ਮੈਂ ਝੂਠ ਬੋਲ ਰਿਹਾ ਸੀ ਥੈਂਕ ਯੂ ਤੁਸੀਂ ਸਮਾਨ ਲੈਣ ਗਏ ਸੀ ਨਾ ਕੌਫੀ ਦਾ ਸਾਰਾ ਅੱਗੋਂ ਕਹਿੰਦਾ ਹਾਂਜੀ 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 ਬੁਲਵਾਓ ਝੂਠ ਉਹਦੇ ਕੋਲੋਂ ਹਾਂਜੀ ਥੋੜ੍ਹਾ ਜਿਹਾ ਹਿੱਲਿਆ ਹੀ ਆ ਜਦੋਂ ਪਰਸੋਂ ਸਾਡੇ ਮਹਿਮਾਨ ਆਏ ਨੇ ਉਹਨਾਂ ਦੇ ਉੱਤੇ ਚਾਹ ਡੋਲਤੀ ਨਾ ਡੋਲੇ ਫਿਰ ਨਹੀਂ ਤੁਹਾਡੇ ਤੇ ਕਿੱਥੇ ਡੋਲਣੀ ਉਹਨੇ ਯਾਰ ਨਕਸ਼ੇ ਲੈ ਕੇ ਆਉਣਾ ਜਿਹੜਾ ਨਕਸ਼ਾ ਆਪਣਾ ਦੂਸਰਾ ਜਿਹੜਾ ਲੇਟੈਸਟ ਬਣਾਇਆ ਤੁਸੀਂ ਕੀ ਲੈਣ ਆਏ ਘਰੋਂ ਸਹੀ ਦੱਸੋ ਲੈਣ ਤਾਂ ਕੁਛ ਨਹੀਂ ਆਇਆ ਐਕਚੁਲੀ ਬੱਚਿਆਂ ਦੇ ਮੁਸਤਕਬਿਲ ਵਾਸਤੇ ਤੁਹਾਨੂੰ ਪਤਾ ਫਿਰ ਬਹੁਤ ਕੁਛ ਕਰਨਾ ਪੈਂਦਾ ਇਹ ਦੇਖ ਲਓ ਉਹ ਸਕਰੀਨ 'ਤੇ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਨਕਸ਼ੇ ਜੀ ਜੀ ਹੋਰ ਵੀ ਸਾਡੇ ਕੋਲ ਬਣੇ ਪਏ ਨੇ ਮੇਰੇ ਨਾਲ ਮੈਂ ਦੇਖ ਲਿਆ ਨਕਸ਼ਾ ਇੱਥੇ ਹੀ ਠੀਕ ਆ ਉੱਥੇ ਤੁਸੀਂ ਮੌਲਾ ਜੱਟ ਇਨ ਲੈਜੈਂਡ ਮੌਲਾ ਜੱਟ ਉਹ ਲਾਓ ਬੜੀ ਅੱਛੀ ਮੂਵੀ ਆ ਕੀ ਗੱਲ ਤੁਸੀਂ 3-4 ਘੰਟੇ ਰਹਿਣਾ ਇੱਥੇ ਜਿੰਨੀ ਦੇਰ ਤੁਸੀਂ ਮੈਨੂੰ ਮੋਟੀਵੇਟ ਨਹੀਂ ਕਰਦੇ ਮੈਂ ਤੁਹਾਡੇ ਤੋਂ ਸੈਟਿਸਫਾਈਡ ਨਹੀਂ ਹੁੰਦਾ ਜ਼ਾਹਰੀ ਬਾਤ ਆ ਫਿਰ ਡਿਸਕਸ਼ਨ ਤਾਂ ਚੱਲਦੀ ਰਹਿਣੀ ਆ ਨਾ ਕੌਫੀ ਵਾਲਾ ਨਹੀਂ ਆਇਆ ਅਜੇ ਫਿਲਮ ਵੀ ਚੱਲਦੀ ਰਹਿਣੀ ਆ ਤੁਹਾਨੂੰ ਅਸੀਂ ਸਿਨੇਮਾ ਦੱਸ ਦਿੰਦੇ ਉੱਥੇ ਜਾ ਕੇ ਦੇਖੋ ਤੁਸੀਂ ਮੌਲਾ ਜੱਟ ਮਾਸ਼ਾਅੱਲਾ ਇਸ ਵੇਲੇ ਸੁਪਰ ਹਿੱਟ ਮੂਵੀ ਹੈ ਪਾਕਿਸਤਾਨ ਦੀ ਅਤੇ ਪੈਸੇ ਦੇ ਕੇ ਦੇਖੋ ਨਾ ਉੱਥੇ ਨਹੀਂ ਨਹੀਂ ਉਹ ਤਾਂ ਇੱਥੇ ਵੀ ਨਜ਼ਰ ਆ ਜਾਂਦੀ ਆ ਅਤੇ ਉਹ ਕੌਫੀ ਵਾਲਾ ਨਹੀਂ ਨਜ਼ਰ ਆ ਰਿਹਾ ਕੌਫੀ ਵਾਲਾ ਆ ਰਿਹਾ ਯਾਰ ਬਹੁਤ ਦੇਰ ਨਾਲ ਤਾਂ ਚਾਹ ਲਿਆ ਨਈਮ ਸਾਹਿਬ ਵੀ ਲੈ ਕੇ ਆਓ ਨਈਮ ਸਾਹਿਬ ਜ਼ਰਾ ਦੂਸਰੀ ਚਾਹ ਪੀਂਦੇ ਨੇ ਨਾ ਸਰ ਥੈਂਕ ਯੂ ਅਤੇ ਸਰ ਇਹ ਦੱਸੋ ਕਿ ਜਗ੍ਹਾ ਆਪਣੀ ਮਾਸ਼ਾਅੱਲਾ ਕਿੱਥੇ ਹੈਗੀ ਕਿੰਨੀ ਆ ਤਾਂ ਕਿ ਉਹਦੇ ਹਿਸਾਬ ਨਾਲ ਅਸੀਂ ਕੰਮ ਸ਼ੁਰੂ ਕਰੀਏ
ਤੁਸੀਂ ਮੇਰਾ ਖਿਆਲ ਫਰੈਂਡ ਕਿੰਨਾ ਉਹਦਾ ਤੇ ਪਰਮਿਸ਼ਨ ਲੈਣੀ ਨਹੀਂ ਕੋਈ ਮਸਲਾ ਨਹੀਂ ਕਿ ਵਰੀ ਹੋਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਅੱਛਾ ਜੀ ਤੇ ਮੈਂ ਇੱਕ ਕਮੇਟੀ ਪਾਈ ਆ ਮਾਸ਼ਾ ਅੱਲਾ ਜ਼ਰੂਰੀ ਹੈ ਹਾਂਜੀ ਉਹ 15,000 ਰੁਪਇਆ ਮਹੀਨਾ ਵਾ ਤੇ 30 ਕਮੇਟੀਆਂ ਵਾ 29ਵਾਂ ਨੰਬਰ ਕਮੇਟੀ ਦਾ ਮੇਰਾ ਵਾ ਅੱਛਾ ਜੀ 3 ਸਾਲ ਦੀ ਕਮੇਟੀ ਆ ਤੇ ਇਨਸ਼ਾਅੱਲਾ ਜਿਸ ਤਰ੍ਹਾਂ ਹੀ ਉਹ ਕਮੇਟੀ ਮੈਨੂੰ ਮਿਲਦੀ ਆ ਤੁਸੀਂ ਮੈਨੂੰ ਆਪਣਾ ਅਕਾਊਂਟ ਨੰਬਰ ਭੇਜਣਾ ਮੈਂ ਨਾ ਔਨਲਾਈਨ ਤੁਹਾਨੂੰ ਪੈਸੇ ਭੇਜ ਦੇਣੇ ਆ ਤੁਸੀਂ ਮੈਨੂੰ ਪਲਾਜ਼ਾ ਬਣਾ ਕੇ ਟੋਟਲ ਕਮੇਟੀ ਕਿੰਨੇ ਦੀ ਦੱਸੀ ਤੁਸੀਂ 2.5 ਲੱਖ ਦੀ ਪਲਾਜ਼ਾ ਬਣਾਉਣਾ ਇੱਕ ਮਿੰਟ ਹੈ ਵਿਚਾਰ ਰੱਖ ਇੱਥੇ ਹਾਂਜੀ ਵਿਚਾਰ ਰੱਖ ਮੇਰਾ ਭਰਾ ਉੱਠੋ ਭਾਅ ਜੀ ਹੈਲੋ ਛੱਡ ਦਿਓ ਮੈਂ ਭਾਈ ਉਹ ਤੁਹਾਨੂੰ ਕਮੇਟੀ ਵਾਲਿਆਂ ਨਾਲ ਗੱਲ ਕਰਾ ਦਿੰਦਾ ਤੁਹਾਡੀ ਭਾਈ ਅਸੀਂ ਤੇਰੀ ਕਮੇਟੀ ਦਾ ਠੇਕਾ ਲਿਆ ਉੱਠੋ ਤੁਸੀਂ 2.5 ਲੱਖ 'ਚ ਕੀ ਹੁੰਦਾ ਭਾਅ ਜੀ ਬਾਹਰ ਚਲੋ ਤੁਸੀਂ ਘੰਟੇ ਦਾ ਤੁਹਾਨੂੰ ਰਾਣਾ ਸਾਹਿਬ ਨੂੰ ਫੋਨ ਤਾਂ ਕਰੋ ਵੀ ਇਹ ਬੰਦਾ ਭੇਜਿਆ ਪਾਗਲ ਜਿਹਾ ਸਹੀ ਹੈ ਮੇਰੀ ਪਤਾ ਕੀ ਹੈ ਦੱਸੋ ਭਰਾਏ ਰਾਣਾ ਸਾਹਿਬ ਨੇ ਕਿਹੜਾ ਬੰਦਾ ਭੇਜ ਦਿੱਤਾ ਭਾਅ ਜੀ ਉਹ ਟਾਫੀ ਤਾਂ ਇੱਕ ਲੈ ਲੈਣ ਦਿਓ ਜੀ ਉਹ ਟਾਫੀ ਲੈ ਲੈਂਦੇ ਤੇਰੀ ਸ਼ੂਗਰ ਲੋਅ ਹੋ ਰਹੀ ਹੈ